ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਨਮੋ ਵਧਾਏ, ਜਮਨਵਾਦ ਸਤਿ, ਸਲਾਮ ਵਾਲਕੁਮ ਸਾਥੀਓ। ਵਾਈਸ ਆਫ ਮਾਨ ਆਫ ਦਾ ਟੀਵੀ ਪਰ ਆਪ ਸਭੀ ਦਾ ਸਵਾਗਤ ਹੈ। ਮੈਂ ਦੇਗਰਾਜ ਸਿੰਘ ਜੋ ਇਸੇ ਸਾਥੀਓ, ਅੱਜ ਅਸੀਂ ਗੱਲ ਕਰਾਂਗੇ ਪੰਜਾਬੀ 'ਚ ਅਤੇ ਬਹੁਤ ਹੀ ਸਤਿਕਾਰਯੋਗ ਸਾਡੇ ਹੈਡ ਰਾਗੀ ਬਾਈ ਨਿਰਮਲ ਸਿੰਘ ਜੀ ਜੋ ਅਕਾਲ ਚਲਾਣਾ ਕਰ ਗਏ ਨੇ, ਉਹਨਾਂ ਦੇ ਜੀਵਨ ਬਾਰੇ ਅਤੇ ਉਹਨਾਂ ਦੇ ਅੰਤਿਮ ਅਰਦਾਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਬਾਈ ਇੰਦਰਜੀਤ ਸਿੰਘ ਜੁੜੇ ਹੈ ਅਤੇ ਉਹਨਾਂ ਦਾ ਸਵਾਗਤ ਕਰਦੇ, ਇਸ ਤੋਂ ਬਾਅਦ ਗੱਲਬਾਤ ਕਰਾਂਗੇ। ਜੀ ਭਾਈ ਸਾਹਿਬ ਇੰਦਰਜੀਤ ਸਿੰਘ ਜੀ, ਆਪ ਜੀ ਦਾ ਵਾਇਸ ਆਫ ਮਾਨ ਆਫ ਦਾ ਟੀਵੀ ਦਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਘਰਾਜ ਸਿੰਘ ਜੀ, ਆਪ ਜੀ ਨੂੰ ਫਤਿਹ ਪ੍ਰਵਾਨ ਹੋਵੇ ਜੀ, ਆਪ ਜੀ ਦੇ ਸਰੋਤਿਆਂ ਨੂੰ ਵੀ ਔਰ ਟੀਵੀ ਮਾਨਵਤਾ ਆਪ ਜੀ ਦਾ ਸਾਰੀ ਟੀਮ ਨੂੰ ਬਹੁਤ ਬਹੁਤ ਮੈਂ ਧੰਨਵਾਦ ਕਰਨਾ ਜੀ। ਭਾਈ ਸਾਹਿਬ, ਜਿਸ ਤਰੀਕੇ ਨਾਲ ਭਾਈ ਨਿਰਮਲ ਸਿੰਘ ਜੀ ਅਕਾਲ ਚਲਾਣਾ ਕਰ ਗਏ, ਉਸ ਤੋਂ ਪਹਿਲਾਂ ਅਕਾਲ ਚਲਾਣਾ ਕਰਨ ਮਤਲਬ ਬਾਅਦ ਉਸ ਤੋਂ ਗੱਲ ਕਰਨ ਤੋਂ ਪਹਿਲਾਂ ਅਸੀਂ ਇਹਨਾਂ ਦੇ ਜੀਵਨ ਬਾਰੇ ਥੋੜ੍ਹੀ ਯਾਦ ਮਾਰਨੀ ਅਤੇ ਇਹਨਾਂ ਦੇ ਜੀਵਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਇਹਨਾਂ ਦਾ ਕਿਸੇ ਕੌਮ ਨੂੰ ਕੀ ਦੇਣ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜੀ? ਭਾਈ ਸਾਹਿਬ, ਭਾਈ ਨਿਰਮਲ ਸਿੰਘ ਖਾਲਸਾ ਜੀ ਜਿਹੜੇ ਸਿੱਖ ਕੌਮ ਨੂੰ ਸਦੀਵੀ ਵਿਛੋੜਾ ਦੇ ਗਏ ਆ, ਉਹ ਇੱਕ ਨਾ ਪੂਰਾ ਹੋਣ ਵਾਲਾ ਘੱਟ ਆਇਆ ਜੀ। ਜੀ, ਉਹ ਇੱਕ ਸਧਾਰਨ ਇਨਸਾਨ ਨਹੀਂ ਸੀਗੀ, ਉਹ ਇੱਕ ਮਹਾਨ ਇਨਸਾਨ ਸੀ, ਮਹਾਨ ਮਨੁੱਖ ਸੀਗੇ, ਉਹ ਇੱਕ ਸੰਤ ਸੀ। ਰੋਮ ਰੋਮ ਦੇ ਵਿੱਚ ਬਾਣੀ ਰਚੀ ਹੋਈ ਸੀ ਔਰ ਜਿਹੜੇ ਰਾਗਾਂ ਦੇ ਧਨੀ ਸੀਗੇ ਜੀ। ਔਰ ਕਮਾਲ ਦੀ ਗੱਲ ਆ ਕਿ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਦੇ ਉੱਪਰ ਅੱਜ ਸਕੂਲਾਂ ਕਾਲਜਾਂ ਦੇ ਵਿੱਚ ਸਟੂਡੈਂਟਸ PhD ਕਰ ਰਹੇ ਹਨ। ਉਹਨਾਂ ਦੀਆਂ ਲਿਖੀਆਂ ਹੋਈਆਂ ਬੁੱਕਸ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਜੀ, ਜਾਣੀ ਕਿ ਉਹਨਾਂ ਦੇ ਜੀਵਨ ਦੀ ਜਿਹੜੀ ਆ ਅਸੀਂ ਐਕਸਪਲੇਨੇਸ਼ਨ ਜਿਹੜੀ ਆ ਵਿਆਖਿਆ ਉਹ ਸ਼ਬਦਾਂ ਦੇ ਵਿੱਚ ਨਹੀਂ ਮੈਂ ਕਹਿੰਦਾ ਕਰ ਸਕਦੇ ਜੀ, ਕਿਉਂਕਿ ਉਹਨਾਂ ਦੀ ਸਿੱਖ ਕੌਮ ਨੂੰ ਇੱਕ ਮਹਾਨ ਦੇਣ ਜੀ। ਔਰ ਬੜਾ ਦੁੱਖ ਆ ਕਿਉਂਕਿ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਇਹ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਆਪਣਾ ਦੁੱਖ ਸਾਂਝਾ ਕਰਦੇ ਹਾਂ, ਉਹਨਾਂ ਦੇ ਦੁੱਖ 'ਚ ਸ਼ਰੀਕ ਹੁੰਦੇ ਹਾਂ ਜੀ। ਔਰ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਸ ਮਹਾਨ ਸ਼ਖਸੀਅਤ ਨੂੰ, ਮਹਾਨ ਮਨੁੱਖ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਜੀ। ਸੋਚ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ, ਉਹ ਵੀ ਅਸੀਂ ਅਰਦਾਸ ਕਰਦੇ ਜੀ। ਭਾਈ ਸਾਹਿਬ, ਜਿਸ ਤਰੀਕੇ ਨਾਲ ਇਹਨਾਂ ਨੂੰ ਕਹਿੰਦੇ ਵੀ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਸੀ, ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਜਿਹੜਾ ਮਿਲਿਆ ਸੀ ਉਹ ਕਿਸ ਕਰਕੇ ਮਿਲਿਆ ਇਹਨਾਂ ਨੂੰ, ਅਤੇ ਇਸ ਬਾਰੇ ਥੋੜ੍ਹਾ ਜਾਣਨ ਪਾਓ ਜੀ। ਦੇਖੋ ਜੀ, ਉਹਨਾਂ ਨੂੰ ਪਦਮ ਸ਼੍ਰੀ ਅਵਾਰਡ, ਪੰਥ ਰਤਨ, ਹਜ਼ੂਰੀ ਰਾਗੀ, ਫਖਰੇ ਕੌਮ ਜੀ, ਹੋਰ ਪਤਾ ਨਹੀਂ ਕਿੱਡੇ ਵੱਡੇ ਵੱਡੇ ਖਿਤਾਬ ਟਾਈਟਲ ਉਹਨਾਂ ਨੂੰ ਮਿਲੇ ਆ, ਕਿੰਨਾ ਕੁ ਉਹਨਾਂ ਨੂੰ ਪਿਆਰ ਮਿਲਿਆ। ਇਹ ਸ਼ਬਦਾਂ ਵਿੱਚ ਬਿਆਨ ਕਰਨ ਵਾਲੀ ਗੱਲ ਹੈ ਹੀ ਨਹੀਂ। ਰਿਸ਼ਵਤ ਦੇ ਕੇ ਜਿੱਦਾਂ ਕਈ ਵਿਦਿਆਰਥੀ ਨੇ ਟੀਚਰ ਨੂੰ ਰਿਸ਼ਵਤ ਦੇ ਕੇ ਪਾਸ ਹੁੰਦੇ ਆ, ਨੰਬਰ ਵੱਧ ਲੈ ਜਾਂਦੇ ਆ, ਠੀਕ ਨੇ, ਬਹੁਤੇ ਲੀਡਰ ਤਾਂ ਇਸ ਕਰ ਇਸ ਤਰੀਕੇ ਦੇ ਨਾਲ ਅਵਾਰਡ ਲਿਜਾਂਦੇ ਆ ਜੀ। ਜਦੋਂ ਕੋਈ ਫਖਰੇ ਕੌਮ ਨਹੀਂ ਹੁੰਦੇ, ਉਹ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕਰਨ ਵਾਲੀਆਂ ਦੇ ਯੋਗ ਲੋਕ ਨਹੀਂ ਹੁੰਦੇ ਜੀ। ਪਰ ਭਾਈ ਸਾਹਿਬ, ਭਾਈ ਨਿਰਮਲ ਸਿੰਘ ਖਾਲਸਾ ਜੀ ਉਹ ਇਹਨਾਂ ਅਵਾਰਡਾਂ ਨੂੰ ਡਿਜ਼ਰਵ ਕਰਦੇ ਸੀ ਜੀ। ਉਹਨਾਂ ਨੂੰ ਦੁਨੀਆਂ ਦੇ ਵੱਡੇ ਤੋਂ ਵੱਡੇ ਅਵਾਰਡ ਜਿਹੜੇ ਮਿਲਣੇ ਚਾਹੀਦੇ ਸੀਗੇ, ਔਰ ਆਉਂਦੇ ਸਮੇਂ ਦੇ ਵਿੱਚ ਜਦੋਂ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗੇਗਾ ਉਹ ਜ਼ਰੂਰ ਦੇਣਗੇ, ਕਿ ਉਹ ਐਡੇ ਰਾਗਾਂ ਦੇ ਧਨੀ ਸੀ, ਉਹਨਾਂ ਦੀ ਆਵਾਜ਼ ਦੇ ਵਿੱਚ ਇੰਨੀ ਮਿਠਾਸ ਸੀ, ਇੰਨੀ ਖਿੱਚ ਸੀ, ਉਹਨਾਂ ਦੇ ਗਲੇ ਦੇ ਵਿੱਚ ਜੋ ਗੋਡ ਗਿਫਟ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਉਹਨਾਂ ਦੇ ਉੱਪਰ ਜੀ, ਉਹ ਬਾਣੀ ਜਦੋਂ ਕੀਰਤਨ ਕਰਦੇ ਕਿਵੇਂ ਲੋਕਾਂ ਨੂੰ ਕੀਲ ਦਿੰਦੇ ਸੀ, ਕਿਵੇਂ ਸਰਤੀ ਜਿਹੜੀ ਆ ਗੁਰੂ ਦੇ ਚਰਨਾਂ ਦੇ ਵਿੱਚ ਜੋੜ ਦਿੰਦੇ ਸੀ ਜੀ। ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗੇਗਾ ਉਹ ਹੋਰ ਵੀ ਵੱਡੇ ਵੱਡੇ ਜਿਹੜੀ ਸਿੱਖ ਕੌਮ ਹੈ ਮਤਲਬ ਮਰਨ ਤੋਂ ਬਾਅਦ ਵੀ ਮਤਲਬ ਇੱਕ ਨਹੀਂ ਹੋ ਸਕਦੀ ਹੈ, ਮਤਲਬ ਜਿਹੜੀ ਮਰਨ ਤੋਂ ਬਾਅਦ ਵੀ ਇੱਕ ਨਹੀਂ ਹੋ ਸਕਦੀ, ਉਹ ਕੀ ਮਤਲਬ ਇਤਿਹਾਸ ਲਿਖ ਸਕਦੀ ਆ, ਕੀ ਮਤਲਬ ਕਿੱਦਾਂ ਇਹ ਕਿਸ ਬਾਰੇ ਉਹਨਾਂ ਦਾ ਮਨ ਦਾ ਆਪਣੇ ਇੱਕ
ये बयान दिता वो मतलब किस कारण उन्होंने ये गल कही, इस बारे तुसी खुलासा करो थोड़ा जी। ਉਹ ਉਹਨਾਂ ਨੇ ਇੱਕ ਦੁੱਖ ਇੱਕ ਚਿੰਤਾ ਪ੍ਰਗਟ ਕੀਤੀ ਉਸ ਵੀਡੀਓ ਦੇ ਵਿੱਚ, ਮੈਂ ਵੀ ਸੁਣੀ ਆ ਕਿ ਜਿਹੜੀ ਕੌਮ ਮੰਨੂ ਬ੍ਰਾਹਮਣ ਦੁਆਰਾ ਬਣਾਈਆਂ ਹੋਈਆਂ ਜਾਤਾਂ ਪਾਤਾਂ ਦੇ ਆਧਾਰਤ ਵੰਡੀ ਹੋਈ ਉਹ ਹੋਵੇ ਜੀ, ਉਹਨੇ ਆਪਣੇ ਗੁਰਦੁਆਰੇ ਵੰਡ ਲਏ ਹੋਣ, ਉਹਨੇ ਆਪਣੀਆਂ ਪੱਟੀਆਂ ਆਪਣੇ ਮੁਹੱਲੇ ਵੰਡ ਲਏ ਹੋਣ, ਉਹ ਜਿਸ ਨੇ ਆਪਣੇ ਸ਼ਮਸ਼ਾਨ ਘਾਟ ਵੀ ਵੰਡ ਲਏ ਹੋਣ। ਔਰ ਬੜੀ ਸ਼ਰਮ ਵਾਲੀ ਗੱਲ ਆ ਕਿ ਜਿਹੜੇ ਲੋਕ ਜਿਹਨਾਂ ਨੂੰ ਮਰ ਕੇ ਵੀ ਇੱਕ ਦੂਜੇ ਤੇ ਨਫ਼ਰਤ ਆ, ਸ਼ਮਸ਼ਾਨ ਘਾਟ ਵੀ ਲੱਗ ਲੱਗ ਗਿਆ ਜਿਹਨਾਂ ਦੀ, ਉਹ ਸੋਚਦੇ ਜਿਹੜੀ ਮਰ ਕੇ ਵੀ ਸਾਡੇ ਜਿਹੜੇ ਸਵਾਹ ਆ ਜਿਹੜੀ ਮਿੱਟੀ ਆ ਉਹ ਵੀ ਕਿਤੇ ਇੱਕ ਦੂਜੇ ਦੇ ਲਾਗੇ ਨਾ ਹੋ ਜਾਵੇ, ਉਹ ਲਾਣਤੀ ਹੈ ਲੋਕ। ਤੇ ਮੰਨੂ ਨੇ ਕਿਹੋ ਜਿਹੇ ਜ਼ਹਿਰ ਇੱਕ ਨਫ਼ਰਤ ਪੈਦਾ ਕੀਤੀ ਲੋਕਾਂ ਦੇ ਅੰਦਰ, ਭਾਰਤ ਦੇ ਲੋਕਾਂ ਦੇ ਅੰਦਰ। ਉਸ ਚੀਜ਼ ਦੇ ਉੱਪਰ ਚਿੰਤਾ ਪ੍ਰਗਟਾਉਂਦੇ ਨੇ ਭਾਈ ਨਿਰਮਲ ਸਿੰਘ ਖਾਲਸਾ ਜੀ ਉਸ ਵੀਡੀਓ ਦੇ ਵਿੱਚ ਕਿ ਦੇਖੋ ਗੁਰੂ ਸਾਹਿਬ ਨੇ ਸਾਨੂੰ ਖਾਲਸੇ ਬਣਾਇਆ, ਕੌਰ ਬਣਾਇਆ, ਹਜ਼ਾਰਾਂ ਸਾਲਾਂ ਤੋਂ ਮੰਨੂਵਾਦ ਦੀ ਗੁਲਾਮੀ ਦੇ ਵਿੱਚ ਦਰੜੇ ਲੋਕਾਂ ਨੂੰ ਜੀ, ਲਪੀੜੇ ਲੋਕਾਂ ਨੂੰ, ਜਿਹਨਾਂ ਨੂੰ ਬ੍ਰਾਹਮਣ ਨੇ 6000 ਜਾਤਾਂ 'ਚ ਵੰਡ ਕੇ ਕਾਵਾਂ ਕੁੱਤਿਆਂ ਬਿੱਲਿਆਂ ਗਿੱਦੜਾਂ ਵਾਲੇ ਨਾਂ ਦਿੱਤੇ ਹੋਏ ਸੀਗੇ। ਤੇ ਗੁਰੂ ਸਾਹਿਬ ਨੇ ਉਸ ਗੁਲਾਮੀ ਦੇ ਵਿੱਚੋਂ ਕੱਢ ਕੇ ਸਾਨੂੰ ਸ਼ੂਦਰਾਂ ਤੋਂ ਖਾਲਸੇ ਬਣਾਇਆ, ਆਜ਼ਾਦ ਕੀਤਾ, ਕੌਰ ਬਣਾਇਆ, ਗਾਤਰੇ 'ਚ ਕਿਰਪਾਨਾਂ ਪਾਈਆਂ, ਪੰਜਾਂ ਕਕਾਰਾਂ ਦੇ ਧਾਰਨੀ ਬਣਾਇਆ, ਇਹਨਾਂ ਦੇ ਦਮਾਲੇ ਸਜਾਏ, ਦਸਤਾਰਾਂ ਸਜਾਈਆਂ, ਖੁੱਲੇ ਦਾੜੇ ਰਖਵਾਏ, ਮੁਸ਼ਾਹਰੇ ਖੜੇ ਕਰਾਏ, ਘੋੜ ਸਵਾਰੀਆਂ ਸਿਖਾਈਆਂ, ਗੱਤਕੇ ਸਿਖਾਏ, ਤਲਵਾਰਬਾਜ਼ੀ ਸਿਖਾਈ, ਤੀਰ ਅੰਦਾਜ਼ੀ ਸਿਖਾਈ, ਤਾਂ ਕਿ ਆਪਣੀ ਸੈਲਫ ਪ੍ਰੋਟੈਕਸ਼ਨ ਕਰੋ ਤੇ ਸਮਾਂ ਆਉਣ ਤੇ ਦੂਜਿਆਂ ਦੀ ਵੀ ਰੱਖਿਆ ਕਰੋ ਜੀ। ਇਹ ਬਹੁਤ ਵੱਡੀ ਗੱਲ ਆ ਜੀ। ਔਰ ਭਾਈ ਸਾਹਿਬ ਇਸ ਚੀਜ਼ ਤੋਂ ਚਿੰਤਤ ਸੀਗੇ ਕਿ ਗੁਰੂ ਸਾਹਿਬ ਨੇ ਸਾਨੂੰ ਆਜ਼ਾਦ ਕਰਾਉਣ ਦੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ, ਆਪਣੇ ਬੱਚੇ ਸ਼ਹੀਦ ਕਰਵਾ ਲਏ, ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ, ਤੇ ਦੁੱਖ ਹੁੰਦਾ ਉਹ ਕਹਿੰਦੇ ਜਦੋਂ ਅੱਜ ਉਸ ਗੁਰੂ ਦੀ ਕੌਮ ਜੇਕਰ ਜਾਤਾਂ ਪਾਤਾਂ ਦੇ ਆਧਾਰ ਤੇ ਆਪਣੇ ਸਿਵੇ ਵੰਡ ਲਵੇ, ਸ਼ਮਸ਼ਾਨ ਘਾਟ ਵੰਡ ਲਵੇ, ਗੁਰਦੁਆਰੇ ਵੰਡ ਲਵੇ, ਧਾਰਮਿਕ ਸਥਾਨ ਵੰਡ ਲਵੇ, ਆਪਣੇ ਗੀਤ ਗਾਣੇ ਫਿਲਮਾਂ ਆਪਣੀਆਂ ਬ੍ਰਾਹਮਣ ਵੱਲੋਂ ਦਿੱਤੀਆਂ ਹੋਈਆਂ ਜਾਤਾਂ ਜਿਹੜੇ ਗੁਲਾਮੀ ਆ ਸਲੇਵਰੀ ਦੇ ਆਧਾਰ ਤੋਂ ਗੌਣ, ਉਹ ਕਹਿੰਦੇ ਚਿੰਤਾ ਦਾ ਵਿਛਾਇਆ ਇਹ ਬਹੁਤ ਹੀ ਕੌਮ ਦਾ ਨੁਕਸਾਨ ਕਰੇ ਜੀ। ਜਿਸ ਤਰੀਕੇ ਨਾਲ ਇਹ ਮਤਲਬ ਸੁਣਿਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਮੌਤ ਹੈ ਉਹ ਕਰੋਨਾ ਨਾਲ ਹੋਈ ਹੈ, ਕਰੋਨਾ ਨਾਲ ਉਹਨਾਂ ਦੀ ਮੌਤ ਹੋਈ ਹੈ ਜਾਂ ਉਹਨਾਂ ਨੂੰ ਮਤਲਬ ਕਿਸੇ ਹੋਰ ਬਿਮਾਰੀ ਨਾਲ ਮਤਲਬ ਮੌਤ ਹੋਈ, ਉਹਨਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਜੀ? ਉਹ ਦੇਖੋ ਜੀ, ਗੱਲ ਇਹ ਆ ਬਈ ਡਾਕਟਰਾਂ ਦੇ ਕਹਿਣ ਮੁਤਾਬਕ ਕਰੋਨਾ ਵਾਇਰਸ ਤੋਂ ਪੀੜਿਤ ਹੋਏ ਆ ਜੀ, ਤੇ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਬਈ ਉਹਨਾਂ ਦੀ ਮੌਤ ਹੋਰ ਕੰਮ ਕਰਕੇ ਵੀ ਹੋ ਸਕਦੀ ਆ, ਕਿਉਂਕਿ ਬਹੁਤੇ ਡਾਕਟਰਾਂ ਦਾ ਵੀ ਯਕੀਨ ਨਹੀਂ ਹੈਗਾ ਸਾਡੇ ਦੇਸ਼ ਦੇ ਅੰਦਰ ਜੀ, ਉਹ ਵੀ ਜਲਾ ਦਿਆ ਕਿ ਪੈਸੇ ਤੋਂ ਬਿਨਾਂ ਉਹ ਗੱਲ ਨਹੀਂ ਕਰਦੇ ਮੇਰੇ ਸੀਨੇ, ਠੀਕ ਨੇ। ਔਰ ਦੁਨੀਆਂ ਦੇ ਮਹਾਨ ਦੇਸ਼ਾਂ ਦੇ ਡਾਕਟਰ ਜਿਹੜੇ ਪਹਿਲਾਂ ਬੰਦੇ ਦੀ ਜਾਨ ਬਚਾਉਂਦੇ ਆ, ਉਹਨਾਂ ਦੇ ਪੈਸਾ ਬਾਅਦ 'ਚ ਆਜੂ ਜੀ, ਪਰ ਮਨੁਵਾਦੀ ਸਿਸਟਮ ਦੇ ਅੰਦਰ ਡਾਕਟਰਾਂ ਦਾ ਇੱਕ ਸੁਭਾਅ ਇੱਕ ਨੇਚਰ ਬਣ ਚੁੱਕੀ ਹੈ ਕਿ ਪਹਿਲਾਂ ਪੈਸਾ ਹੋਵੇ ਫਿਰ ਬੰਦੇ ਦੀ ਜਾਨ ਬਚਾਵਾਂਗੇ, ਇੱਕ ਗਰੀਡੀ ਪਾਉਣਾ, ਇੱਕ ਲਾਲਚੀ ਪਾਉਣਾ, ਇੱਕ ਲੋਭੀ ਪਾਉਣਾ ਜੀ, ਉਹ ਜਿਹੜੀ ਚੀਜ਼ ਕਹਿਣ ਤੋਂ ਭਾਵ ਕਿ ਕਈ ਵੇਖਣ ਨੂੰ ਸਿੱਖ ਲੱਗਦੇ ਹੁੰਦੇ, ਦਾੜੇ ਛੱਡੇ ਹੁੰਦੇ, ਹੋਰ ਧਾਰਮਿਕ ਲਿਬਾਸਾਂ ਵਿੱਚ ਜਾਂ ਦੂਜੇ ਧਰਮਾਂ ਵਾਲੇ ਵੀ ਧਰਮ ਦੇ ਪ੍ਰਗਟਾਵੇ ਦਿਖਾਵੇ ਬੜੇ ਕਰਦੇ ਆ, ਪਰ ਪ੍ਰੈਕਟੀਕਲ ਜੀਵਨ ਧਰਮ ਤੋਂ ਬਹੁਤ ਦੂਰ ਹੁੰਦਾ। ਇਸ ਕਰਕੇ ਇਹ ਚਿੰਤਾ ਦੇ ਵਿਸ਼ਾ ਆ, ਜਾਂ ਇੱਕ ਇਸ ਗੱਲ ਨੂੰ ਕੁਛ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਮੌਤ ਜਿਹੜੀ ਆ ਸੱਚਮੁੱਚ ਕਰੋਨਾ ਵਾਇਰਸ ਨਾਲ ਹੋਈ ਹੋਵੇਗੀ ਜਾਂ ਜਾਣ ਬੁੱਝ ਕੇ ਹੀ ਉਹਨਾਂ ਨੂੰ ਮਤਲਬ ਉਹਨਾਂ ਮਤਲਬ ਉਹਨਾਂ ਦੇ ਕੋਈ ਇਹੋ ਜਿਹਾ ਨੈਵਰ ਨੋ ਕੁਛ ਨਹੀਂ ਕਿਹਾ ਜਾ ਸਕਦਾ, ਇਹ ਡਾਊਟਫੁਲ ਆਪਾਂ ਕਹਿ ਸਕਦੇ ਜੀ। ਜਿਸ ਤਰੀਕੇ ਨਾਲ ਇਹ ਗੱਲ ਵੀ ਇਹ ਗੱਲ ਫੈਲੀ ਹੋਈ ਚਾਰ ਪਾਸੇ, ਅਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਉਹਨਾਂ ਦਾ ਸੰਸਕਾਰ ਉੱਥੇ ਨਹੀਂ ਹੋਣ ਦਿੱਤਾ ਜਿੱਥੇ ਮਤਲਬ ਹੁੰਦਾ ਸੰਸਕਾਰ ਵਗੈਰਾ, ਇਹ ਇਹਦੇ ਪਿੱਛੇ ਤੁਸੀਂ ਕੀ ਸਮਝਦੇ, ਕੋਈ ਜਾਤ ਪਾਤ ਦਾ ਸਿਸਟਮ ਖੜਾ ਪਿੱਛੇ ਇਹਦੇ ਪਿੱਛੇ ਮਤਲਬ ਇਹ ਕਿਉਂ ਨਹੀਂ ਉਹ ਸੰਸਕਾਰ ਉੱਥੇ ਹੋਣ ਦਿੱਤਾ? ਪਿੰਡ ਵੇਰਕਾ ਦੇ ਵਿੱਚ ਜਦੋਂ ਉਹਨਾਂ ਦੇ ਪਵਿੱਤਰ ਸਰੀਰ ਨੂੰ ਲਿਆਂਦਾ ਗਿਆ ਸੰਸਕਾਰ ਕਰਨ ਵਾਸਤੇ, ਉੱਥੋਂ ਦੇ ਜਿਹੜੇ ਮੋਹਤਵਰ ਬੰਦੇ ਹਰਪਾਲ ਹੁੰਦਲ ਐਂਡ ਪਾਰਟੀ ਜਿਹਨਾਂ ਦਾ ਨਾਂ ਆਇਆ ਮੀਡੀਆ ਦੇ ਵਿੱਚ ਜੀ, ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡੀ ਮੂਰਖਤਾ, ਇੱਕ ਜਿੱਦਾਂ ਪਿੰਡ ਨੂੰ ਕਲੰਕ ਖੱਟ ਕੇ ਦੇਣਾ ਸੀਗਾ ਜੀ, ਠੀਕ ਨੀ, ਜਿੱਦਾਂ ਕਹਿ ਲਈਏ ਵੀ ਆਪਣਿਆਂ ਦਾ ਖੂਨ ਸਫੈਦ ਹੋ ਗਿਆ, ਜਦੋਂ ਖੂਨ ਚਿੱਟਾ ਹੋ ਜਾਵੇ ਜੀ ਤੇ ਬੰਦਾ ਸਮਾਜਿਕ ਕਦਰਾਂ ਕੀਮਤਾਂ ਤੋਂ ਗਿਰ ਜਾਂਦਾ, ਡਿੱਗ ਜਾਂਦਾ ਜੀ। ਗੁਰੂ ਸਾਹਿਬ ਨੇ ਮਨੁੱਖਾ ਜੀਵਨ ਨੂੰ ਸਭ ਤੋਂ ਵੱਡਾ ਜੀਵਨ ਕਿਹਾ, ਔਰ ਬੰਦਾ ਬੰਦੇ ਦਾ ਦਾਰੂ ਆ ਜੀ। ਔਰ ਗੁਰੂ ਅਰਜਨ ਦੇਵ ਮਹਾਰਾਜ ਸਮੇਂ ਵੇਖੇ ਜਦੋਂ ਕਾਲ ਪੈ ਗਿਆ, ਆਹੀ ਇਹੋ ਜਿਹੀ ਬਿਮਾਰੀ ਜਦੋਂ ਫੈਲੀ ਹੈ ਜੀ, ਬਿਮਾਰੀ
ਲਾਹੌਰ ਦੀਆਂ ਗਲੀਆਂ ਲਾਸ਼ਾਂ ਨਾਲ ਭਰ ਗਈਆਂ ਔਰ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਲੋਕਾਂ ਦਾ ਇਲਾਜ ਵੀ ਕਰਦੇ ਆ, ਡਾਕਟਰ ਵੈਦ ਨਾਲ ਲੈ ਕੇ ਉਹਨਾਂ ਦੀ ਰੁਜ਼ਗਾਰ ਰੋਟੀ ਪਾਣੀ ਵੀ ਦਾ ਪ੍ਰਬੰਧ ਵੀ ਕਰ ਰਹੇ ਆ। ਜਿਹੜੇ ਲੋਕ ਉਸ ਬਿਮਾਰੀ ਦੇ ਨਾਲ ਮਰ ਜਾਂਦੇ ਸੀਗੇ ਉਹਨਾਂ ਦਾ ਸੰਸਕਾਰ ਵੀ ਕਰਦੇ ਆ ਜੀ। ਇਹ ਸੀ ਸਾਡੇ ਗੁਰੂ ਦੀ ਮਹਾਨਤਾ, ਸੁਣ ਕੇ ਇਹ ਇਤਿਹਾਸ ਗਵਾਹ ਇਸ ਚੀਜ਼ ਦਾ, ਤੁਸੀਂ ਇਤਿਹਾਸ ਪੜ੍ਹ ਕੇ ਵੇਖੋ ਜੀ। ਪਰ ਇਹ ਜੋ ਬੇਰਕਾ ਪਿੰਡ ਦੇ ਲੋਕ ਆ, ਹਰਪਾਲ ਹੁੰਦਲ ਐਂਡ ਉਹਦੀ ਪਾਰਟੀ, ਮੈਂ ਕਹਿੰਦਾ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ਆ ਜੀ। ਇਹ ਮੌਤ ਦੇ ਸਾਏ ਹੇਠਾਂ, ਮੌਤ ਦੇ ਡਰ ਅੰਦਰ ਇੰਨੇ ਸਹਿਮੇ ਹੋਏ ਲੋਕ, ਇਹ ਭਾਵੇਂ ਪੜ੍ਹੇ ਲਿਖੇ ਹੋਣਗੇ ਪਰ ਮੈਂ ਇਹਨਾਂ ਨੂੰ ਮਹਾਂਮੂਰਖ ਮੰਨਦਾ, ਜਿਹਨਾਂ ਨੇ ਐਡੀ ਮਹਾਨ ਸ਼ਖਸੀਅਤ ਨੂੰ ਜਿਹੜਾ ਉਹਨਾਂ ਦੀ ਅੰਤਮ ਸਮੇਂ ਸੰਸਕਾਰ ਕਰਨ ਤੋਂ ਜਵਾਬ ਦੇ ਕੇ ਆਪਣੇ ਸ਼ਮਸ਼ਾਨ ਘਾਟ ਨੂੰ ਜਿੰਦਰੇ ਲਗਾ ਲੈਣੇ, ਇਹ ਤੋਂ ਹੋਰ ਵੱਡੀ ਲਾਹਨਤ ਵਾਲੀ ਹੋਰ ਕਿਹੜੀ ਗੱਲ ਹੋ ਸਕਦੀ ਨਾ ਲੋਕਾਂ ਤੇ ਜੀ 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 ਜੀ। ਇਹਦੇ ਨਾਲ ਸਮਾਜਿਕ ਭਾਈਚਾਰੇ ਦੀਆਂ ਤੰਦਾਂ ਹੋਰ ਟੁੱਟ ਸਕਦੀਆਂ, ਇੱਕ ਰੀਤ ਵੀ ਚੱਲ ਸਕਦੀ ਆ। ਹੁਣ ਇੱਕ ਸਵਾਲ ਖੜਾ ਹੁੰਦਾ ਮੇਘਰਾਜ ਸਿੰਘ ਜੀ ਜੀ, ਅਗਰ ਇਸ ਹਰਪਾਲ ਹੁੰਦਲ ਦੀ ਮੌਤ ਹੋ ਜਾਂਦੀ ਹੈ, ਇਹਦੀ ਧੀ ਭੈਣ ਦੀ, ਇਹਦੀ ਮਾਂ ਦੀ, ਜਾਂ ਇਸ ਪਿੰਡ ਦੇ ਹੋਰ ਕਿਸੇ ਬੰਦੇ ਦੀ, ਜਾਂ ਇਹਦੇ ਰਿਸ਼ਤੇਦਾਰਾਂ ਦੀ, ਜਾਂ ਇਹਦੀ ਟੀਮ ਦੀ ਕੋਈ ਬੰਦਾ ਮਰ ਜਾਂਦਾ, ਕੀ ਉਹਦਾ ਵੀ ਸੰਸਕਾਰ ਉਸ ਸ਼ਮਸ਼ਾਨ ਘਾਟ ਵਿੱਚ ਨਹੀਂ ਕੀਤਾ ਜਾਵੇਗਾ ਜੀ? ਨਹੀਂ, ਸਵਾਲ ਬਣਦਾ ਨਹੀਂ, ਸ਼ਮਸ਼ਾਨ ਕਿੱਥੇ ਇਹਨਾਂ ਦੇ ਸੰਸਕਾਰ ਕੀਤੇ ਜਾਣਗੇ? ਦੂਜੀ ਇਹਦੇ ਵਿੱਚ ਇਹ ਪੜ੍ਹੇ ਲਿਖੇ ਬੇਵਕੂਫ ਮੂਰਖ ਲੋਕ, ਇਹਨਾਂ ਨੂੰ ਇਹਨਾਂ ਦਾ ਦਿਮਾਗ ਜਿਹੜਾ ਅਸਲ ਦੇ ਵਿੱਚ ਉਹ ਮਨੂ ਦਾ ਜੰਗਾਲ ਚੜਿਆ ਹੋਇਆ। ਇਹਨਾਂ ਦੇ ਹੱਕ ਬਣਦਾ ਸੀ ਕਿਸੇ ਡਾਕਟਰ ਨਾਲ ਸਲਾਹ ਕਰਦੇ ਜੀ, ਪ੍ਰਸ਼ਾਸਨ ਨਾਲ ਸਲਾਹ ਕਰਦੇ, ਭਾਈ ਪਿੰਡ ਦੇ ਲੋਕ ਡਰ ਗਏ ਆ, ਕੋਈ ਖਤਰਾ ਤਾਂ ਨਹੀਂ, ਸਾਨੂੰ ਦੱਸੋ। ਬਸ ਇੰਨੀ ਗੱਲ ਸੀਗੀ, ਜਦੋਂ ਕਿ ਇਹਦੇ ਨਾਲ ਕੋਈ ਖਤਰਾ ਨਹੀਂ ਸੀ। ਅੱਗ ਦੇ ਨਾਲ ਸਾਰੇ ਵਾਇਰਸ ਜਿਹੜਾ ਖਤਮ ਹੋ ਜਾਂਦਾ, ਮਰ ਜਾਂਦਾ, ਧੂੰਆਂ ਕੋਈ ਵਾਇਰਸ ਨਹੀਂ ਲੈ ਕੇ ਜਾਂਦਾ ਜੀ 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 ਜੀ। ਇਹਨਾਂ ਦੇ ਦਿਮਾਗ ਦੇ ਉੱਪਰ, ਇਹਨਾਂ ਦੇ ਖੋਪੜ ਦੇ ਵਿੱਚ ਇੱਕ ਹਉਮੈ ਆ ਗਈ, ਇੱਕ ਡਰ, ਇੱਕ ਸਹਿਮ ਪੈਦਾ ਹੋ ਗਿਆ ਜੀ, ਜਿਹਦੇ ਨਾਲ ਇਹਨਾਂ ਨੇ ਆਪਣੇ ਪਿੰਡ ਲਈ ਇੱਕ ਇਹੋ ਜਿਹਾ ਕਲੰਕ ਖੱਟਿਆ ਕਿ ਇਤਿਹਾਸ ਦੇ ਵਿੱਚ ਇਹਨਾਂ ਦਾ ਨਾਂ ਜਿਹੜਾ ਆ ਉਹ ਕੀ ਕਹਿ ਲਈਏ ਵੀ ਇਨਸਾਨ ਦੀਆਂ ਕਦਰਾਂ ਕੀਮਤਾਂ ਤੋਂ ਗਿਰੇ ਹੋਏ ਲੋਕਾਂ ਦੀ ਕਤਾਰ ਦੇ ਵਿੱਚ ਦਰਜ ਹੋ ਗਿਆ ਜੀ। ਭਾਵੇਂ ਕਿ ਇਹਨਾਂ ਨੇ ਸੰਗਤ ਦੇ ਪ੍ਰੈਸ਼ਰ ਦੇ ਨਾਲ, ਲੋਕਾਂ ਦੇ ਦਬਾਅ ਦੇ ਨਾਲ ਪਿੰਡ ਤੋਂ ਬਾਹਰ ਜਗ੍ਹਾ ਦੇ ਕੇ ਉੱਥੇ ਉਹਨਾਂ ਦਾ ਸੰਸਕਾਰ ਕਰਵਾਇਆ ਜੀ। ਪਰ ਕਮਾਲ ਦੀ ਗੱਲ, ਐਡੀ ਮਹਾਨ ਸ਼ਖਸੀਅਤ ਹੋਵੇ, ਦੂਰ ਖੜ ਕੇ ਕੀਰਤਨ ਕਰ ਲਵੋ, ਦੂਰ ਦੂਰ ਖੜੇ ਹੋ ਕੇ ਕੀਰਤਨ ਕਰ ਲਓ ਜੀ, ਠੀਕ ਨਹੀਂ? ਮਤਲਬ ਯਾਰ ਐਡੀ ਮਹਾਨ, ਇੱਕ ਦੇਖੋ ਐਡੀ ਵੱਡੀ ਮਹਾਨ ਸ਼ਖਸੀਅਤ, ਅੰਤਲੇ ਸਮੇਂ ਤੋਂ ਵੀ ਚਾਰ ਬੰਦੇ ਉਹਨਾਂ ਦਾ ਸੰਸਕਾਰ ਕਰ ਰਹੇ ਆ, ਇਹ ਬੜੀ ਦੁੱਖ ਵਾਲੀ ਗੱਲ ਹੈ, ਬੜੀ ਲਾਣਤ ਵਾਲੀ ਗੱਲ ਹੈ। ਮਹਾਰਾਜ ਅੱਗੇ ਅਰਦਾਸ ਕਰਦਾ ਵੀ ਇਹ ਲੋਕਾਂ ਨੂੰ ਸਮਤ ਆਵੇ, ਅਕਲ ਆ ਜਾਏ ਕਿ ਇੰਨੀਆਂ ਸਮਾਜਿਕ ਕਦਰਾਂ ਕੀਮਤਾਂ ਤੋਂ ਨਾ ਡਿੱਗੋ, ਨਾ ਗਿਰੋ, ਪਤਾ ਨੀ ਕਿੰਨੀਆਂ ਕੁ ਮੌਤਾਂ ਹੋ ਜਾਣੀਆਂ, ਕਿੱਥੇ ਸੰਸਕਾਰ ਕਰੋਗੇ? ਪਿੰਡਾਂ ਤੋਂ ਬਾਹਰ ਜਾ ਕੇ ਖੇਤਾਂ ਵਿੱਚ ਸੰਸਕਾਰ ਕਰੋਗੇ? ਡਿਗਰੀ ਬਿਲਕੁ�ਲ। ਮੈਂ ਅਕਸਰ ਵੇਖਦਾ ਹੁੰਦਾ ਹਰਿਮੰਦਰ ਸਾਹਿਬ ਪਿਛਲੇ ਸਾਲ ਗਿਆ, ਉੱਥੇ ਲੋਕੀ ਮੱਥਾ ਟੇਕਣ ਲਈ ਧੱਕੇ ਮਾਰਦੇ ਆ, ਕੋਈ ਬੀਬੀ ਪ੍ਰੈਗਨੈਂਟ ਹੁੰਦੀ ਆ, ਕੋਈ ਧੀ ਭੈਣ ਗਰਭਵਤੀ, ਕੋਈ ਧੱਕਾ ਬਾਜੂ ਡਿੱਗ ਕੇ ਸੱਟ ਲੱਗ ਜੂਗੀ। ਇਹ ਅਸਲ ਇੱਕ ਅਨੁਸ਼ਾਸਨ, ਸਿੱਖ ਦਾ ਮਤਲਬ ਹੁੰਦਾ ਡਿਸਿਪਲਿਨ ਦੇ ਵਿੱਚ ਰਹਿਣਾ ਜੀ, ਬਿਲਕੁਲ। ਕਮਾਲ ਦੀ ਗੱਲ, ਗੁਰੂ ਦੇ ਸਿੱਖ ਹੋ ਕੇ ਸਾਨੂੰ ਇੰਨੀ ਅਕਲ ਨਹੀਂ ਆ ਰਹੀ ਜੀ, ਪਰਿਵਾਰ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ? ਪਰਿਵਾਰ ਨੂੰ ਤਾਂ ਇਹੀ ਆ ਵੀ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ, ਮਹਾਰਾਜ ਅੱਗੇ ਅਰਦਾਸ ਕਰਦੇ ਆ, ਮਹਾਰਾਜ ਉਹਨਾਂ ਦੀ ਸੋਚ ਜਿਹੜੀ ਸੀਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ, ਉਹ ਬਰਕਰਾਰ ਰਹੇ ਜੀ, ਗੁਰੂ ਮਹਾਰਾਜ ਆਪਣੇ ਚਰਨਾਂ ਚ ਉਹਨਾਂ ਨੂੰ ਨਿਵਾਸ ਬਖਸ਼ਣ ਜੀ। ਔਰ ਕੌਮ ਅੱਗੇ ਬੇਨਤੀ ਆ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਕੌਮ ਨੂੰ ਉਸ ਮਹਾਨ ਹੀਰੇ ਦੀ ਯਾਦ ਦੇ ਵਿੱਚ ਉੱਥੇ ਯਾਦਗਾਰ ਬਣੇ ਜੀ, ਕੋਈ ਸਕੂਲ, ਕੋਈ ਅਕੈਡਮੀ, ਤਾਂ ਕਿ ਉਹਨਾਂ ਦੇ ਵੱਲੋਂ ਉਹ ਜਿਹੜਾ ਜੋ ਉਹਨਾਂ ਦੇ ਕੋਲ ਕਲਾ ਸੀਗੀ, ਉਹਨਾਂ ਦੇ ਕੋਲ ਮਿਊਜ਼ਿਕ ਦੀ ਕਲਾ, ਕਲਾਸੀਕਲ ਕਲਾ, ਰਾਗਾਂ ਦੀ ਕਲਾ ਸੀਗੀ, ਉਸ ਚੀਜ਼ ਨੂੰ ਅੱਗੇ ਤੋਰਿਆ ਜਾ ਸਕੇ। ਅੰਤ ਦੇ ਵਿੱਚ ਅਸੀਂ ਇਹ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ।
ਬੋਇਸ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਵਾਇਸ ਆਫ ਮਾਨਵ ਸਾਡੇ ਨਾਲ ਜੁੜੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਤੁਹਾਡੇ ਨਾਲ ਗੱਲਬਾਤ ਹੋਊਗੀ ਅਤੇ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਥੀ ਜੁੜੇ ਵਾਇਸ ਆਫ ਮਾਨਵ ਦੇ ਨਾਲ ਹੀ ਆਪਣਾ ਟੀਵੀ ਲਾਈਕ ਕਰ ਪੇਜ ਨੂੰ। ਥੈਂਕ ਯੂ ਸਭ ਦਾ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ।